ਹਾਂਜੀ ਕਿਸਾਨ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਮੈਂ ਫਗਵਾੜੇ ਤੋਂ ਅੱਜ ਕੁਲਥਮ ਫਾਰਮ 'ਤੇ ਖੜ੍ਹਾ, ਜਿੱਥੇ ਕਿ ਗੰਨੇ ਦੀ ਖੇਤੀ ਦਾ ਕੁਦਰਤੀਕਰਨ ਅਤੇ ਗੰਨੇ ਵਿੱਚ ਜੰਗਲ ਦਾ ਸਿਧਾਂਤ ਇਹ ਲਾਗੂ ਕੀਤਾ ਗਿਆ। ਜਿਹੜਾ ਗੰਨੇ ਦੀ ਖੇਤੀ ਦਾ ਕੁਦਰਤੀਕਰਨ ਅਤੇ ਜਿਹੜਾ ਜੰਗਲ ਦਾ ਸਿਧਾਂਤ ਆ ਖੇਤੀ ਦੇ ਵਿੱਚ, ਇਹ ਇੱਕ ਇਹੋ ਜਿਹਾ ਸਿਸਟਮ ਹੈ ਖੇਤੀਬਾੜੀ ਦਾ ਜਿਹੜਾ ਕਿ ਕਿਸਾਨੀ ਨੂੰ ਅਤੇ ਸਪੈਸ਼ਲੀ ਖਾਸ ਤੌਰ 'ਤੇ ਜਿਹੜੀ ਛੋਟੀ ਕਿਸਾਨੀ ਆ ਉਹਦੇ ਹੱਕ ਵਿੱਚ ਬਹੁਤ ਜ਼ਿਆਦਾ ਭੁਗਤੂਗਾ। ਜਿਹੜਾ ਛੋਟਾ ਕਿਸਾਨ ਆ ਉਹ ਬਹੁਤ ਹੀ ਆਪਣਾ ਜਿਹੜਾ ਆਰਥਿਕ ਪੱਧਰ ਆ ਉਹਨੂੰ ਬਹੁਤ ਉੱਚੇ ਲੈਵਲ 'ਤੇ ਲਿਜਾ ਸਕਦਾ। ਗੱਲ ਕੀ ਆ, ਸਿਰਫ ਇੱਕ ਕੰਸੈਪਟ ਨੂੰ, ਇੱਕ ਸਿਧਾਂਤ ਨੂੰ ਸਮਝਣ ਦੀ ਜ਼ਰੂਰਤ ਆ। ਜਿਸ ਵੇਲੇ ਆਪਾਂ ਸਿਧਾਂਤ ਨੂੰ ਸਮਝ ਗਏ, ਜਿਹੜੀ ਕਿ ਮੈਂ ਪਹਿਲਾਂ ਵੀ ਵਾਰ ਵਾਰ ਗੱਲ ਕੀਤੀ ਹੈਗੀ ਆ, ਜਿਹੜਾ ਭਗਵਾਨ ਦਾ ਕਾਰਗਰ ਪ੍ਰਬੰਧ ਆਪਣੀ ਖੇਤੀ ਦੇ ਵਿੱਚ, ਜਿਸ ਵਕਤ ਇਹ ਗੱਲ ਸਮਝ ਗਏ ਕਿਸਾਨ ਵੀਰ, ਚਾਹੇ ਉਹ ਵੱਡਾ ਕਿਸਾਨ ਆ, ਚਾਹੇ ਮੱਧ ਵਰਗੀ ਆ ਅਤੇ ਚਾਹੇ ਛੋਟਾ ਕਿਸਾਨ ਆ, ਤਾਂ ਉਹ ਜਿਹੜਾ ਆਰਥਿਕ ਪੱਖ ਦਾ ਬਹੁਤ ਜ਼ਿਆਦਾ ਮਜ਼ਬੂਤ ਹੋਊਗਾ ਅਤੇ ਜਿਹੜੇ ਸਾਡੇ ਕੁਦਰਤੀ ਸਾਧਨ ਆ ਉਹਨਾਂ ਦਾ ਬਹੁਤ ਵੱਡੇ ਪੱਧਰ 'ਤੇ ਬਚਾਅ ਹੋਊਗਾ ਅਤੇ ਨਾਲ ਦੀ ਨਾਲ ਜਿਹੜਾ ਖੇਤੀ ਅਧਾਰਿਤ ਪ੍ਰਦੂਸ਼ਣ ਆ ਉਹਦੇ ਉੱਤੇ ਵੀ ਰੋਕ ਲੱਗੂਗੀ। ਜਿਹੜਾ ਛੋਟੀ ਕਿਸਾਨੀ ਵਾਸਤੇ ਸਪੈਸ਼ਲੀ ਇਹ ਜਿਹੜਾ ਸਿਸਟਮ ਆ ਇਹ ਬਹੁਤ ਹੀ ਪਾਏਦਾਰ ਆ, ਬਹੁਤ ਹੀ ਖਾਸ ਆ ਅਤੇ ਬਹੁਤ ਹੀ ਉਹਦੀ ਆਰਥਿਕ ਮਦਦ ਹੋ ਸਕਦੀ ਆ ਜੇਕਰ ਉਹ ਕੰਸੈਪਟ ਨੂੰ ਸਮਝਵੇ। ਹੁਣ ਕੰਸੈਪਟ ਨੂੰ ਸਮਝਣਾ ਕੋਈ ਔਖਾ ਨਹੀਂ, ਕੀ ਆ ਵੀ ਆਪਾਂ ਜਿਹੜਾ ਹੈਗਾ ਤਿਆਰੀ ਏਕ ਫਸਲ ਅਨੇਕ, ਆਪਾਂ ਤਿਆਰੀ ਇੱਕੋ ਵਾਰੀ ਕਰਨੀ ਹੈ। ਤਿਆਰੀ ਕਿਹੜੀ ਕਰਨੀ ਹੈਗੀ ਆ, ਉਹ ਉਹਦੇ ਵਿੱਚ ਬੈੱਡ ਤਿਆਰ ਕਰਨੇ ਆ। ਪਹਿਲਾਂ ਆਪਾਂ ਤਿਆਰੀ ਕਰਦੇ ਸਮੇਂ ਆਪਣੇ ਖੇਤ ਦੇ ਵਿੱਚ ਜਿਹੜਾ ਮੱਲੜ ਆ, ਦੇਸੀ ਰੂੜੀ ਆ, ਗਲੀ ਸੜੀ ਹੋਈ ਪੁਰਾਣੀ, ਉਹ ਆਪਾਂ ਇਹ ਖੇਤ ਦੇ ਵਿੱਚ ਪਾਲਣੀ ਆ ਤਾਂ ਕਿ ਜਿਹੜਾ ਔਰਗੈਨਿਕ ਮੈਟਰ ਆ ਉਹ ਆਪਣੇ ਖੇਤ ਦੇ ਵਿੱਚ ਪੂਰਾ ਹੋ ਜਾਵੇ। ਉਸ ਤੋਂ ਬਾਅਦ ਆਪਾਂ ਬੈੱਡ ਤਿਆਰ ਕਰਨੇ ਆ। ਬੈੱਡ ਜਿਹੜੇ ਕਰਨੇ ਆ ਉਹ ਟਾਈਮ ਟੂ ਟਾਈਮ 4 ਫੁੱਟ ਰੱਖਣੀ, ਯਾਨੀ ਕਿ ਹੱਲ ਤੋਂ ਹੱਲ ਦੀ ਜਿਹੜੀ ਦੂਰੀ 4 ਫੁੱਟ, ਅਤੇ ਉਸ ਤੋਂ ਅੱਗੇ ਫਿਰ ਆਪਾਂ ਜਿਹੜਾ ਹੈਗਾ ਜੇਕਰ ਆਪਾਂ ਗੰਨਾ ਵਿੱਚ ਬੀਜਣਾ, ਵੈਸੇ ਗੰਨਾ ਬੀਜਣਾ ਚਾਹੀਦਾ, ਤਾਂ ਜੇਕਰ ਗੰਨਾ ਬੀਜਣਾ ਬੀਜਣਾ ਜਾਂ ਆਪਾਂ ਨਰਮਾ ਬੀਜਣਾ ਤਾਂ ਜਿਹੜੀ ਇਹਦੀ ਡਾਇਰੈਕਸ਼ਨ ਆ ਬੈੱਡਾਂ ਦੀ ਉਹ ਰੱਖਣੀ ਪੈਣੀ ਆਪਾਂ ਨੂੰ ਉੱਤਰ ਦੱਖਣ। ਜੇਕਰ ਆਪਾਂ ਹੋਰ ਫਸਲਾਂ ਬੀਜਣੀਆਂ ਵਿੱਚ ਗੰਨਾ ਅਤੇ ਅਗੇਤੀਆਂ ਗਰਮੀ ਦੀਆਂ ਸਬਜ਼ੀਆਂ ਨਹੀਂ ਬੀਜਣੀਆਂ ਹੈਗੀਆਂ ਜਾਂ ਫਸਲਾਂ ਨਹੀਂ ਬੀਜਣੀਆਂ ਤਾਂ ਆਪਾਂ ਨੂੰ ਜਿਹੜੀ ਡਾਇਰੈਕਸ਼ਨ ਰੱਖਣੀ ਆ ਉਹ ਦਿਸ਼ਾ ਰੱਖਣੀ ਆ ਉਹ ਰੱਖਣੀ ਹੈਗੀ ਆ ਉੱਤਰ ਦੱਖਣ। ਅਤੇ ਹੁਣ ਆਪਾਂ ਜਿਹੜੀ ਹੈਗੀ ਦਿਸ਼ਾ ਇਹਦੇ ਵਿੱਚ, ਕਿਉਂਕਿ ਗੰਨਾ ਜਿਹੜਾ ਜਿਸ ਖੇਤ ਦੇ ਵਿੱਚ ਮੈਂ ਖੜ੍ਹਾ ਉਹਦੇ ਵਿੱਚ ਗੰਨਾ ਬੀਜਿਆ ਗਿਆ, ਜਿਹੜਾ ਗੰਨਾ ਆ ਗੰਨੇ ਦੀ ਖੇਤੀ ਦਾ ਕੁਦਰਤੀਕਰਨ ਕੀਤਾ ਗਿਆ, ਇਹਦੇ ਵਿੱਚ ਬੰਦ ਗੋਭੀ ਆ, ਬੰਦ ਗੋਭੀ ਦੀ ਖੇਤੀ ਦਾ ਕੁਦਰਤੀਕਰਨ ਕੀਤਾ। ਕੁਦਰਤੀਕਰਨ ਤੋਂ ਭਾਵ ਹੈ ਕਿ ਸਿੱਧੇ ਬੀਜ ਤੋਂ ਬੀਜੀ ਹੈ। ਇਸ ਤਰ੍ਹਾਂ ਇਹਦੇ ਵਿੱਚ ਫਿਰ ਜੰਗਲ ਦਾ ਸਿਧਾਂਤ, ਜੰਗਲ ਦੇ ਸਿਧਾਂਤ ਵਿੱਚ ਕੀ ਆ ਜਾਂਦਾ, ਕਿੱਦਾਂ ਵਿੱਚ ਗੰਨਾ, ਗੰਨੇ ਦੇ ਵਿੱਚ ਗੋਭੀ, ਗੋਭੀ ਦੇ ਨਾਲ ਇੱਕ ਟਮਾਟਰ ਵੀ ਲੱਗਾ ਹੋਇਆ ਇਹਦੇ ਵਿੱਚ ਸੈਂਟਰ ਦੇ ਵਿੱਚ। ਜਿਸ ਵਕਤ ਗੋਭੀ ਖਤਮ ਹੋ ਜਾਊਗੀ, ਕਿਉਂ ਗੋਭੀ ਦੀ ਹੁਣ ਕੜਾਈ ਚੱਲ ਰਹੀ ਹੈ ਅਤੇ ਥੋੜ੍ਹੇ ਦਿਨਾਂ ਵਿੱਚ ਇਹ ਖਤਮ ਹੋ ਜਾਣੀ ਆ, ਉਸ ਤੋਂ ਬਾਅਦ ਜਿਹੜਾ ਟਮਾਟਰ ਆ ਉਹ ਚੱਲਣਾ ਸ਼ੁਰੂ ਹੋ ਜਾਊਗਾ। ਅਤੇ ਜਿਹੜਾ ਟਮਾਟਰ ਆ ਉਹ ਵੈਸੇ ਤਾਂ ਯਾਨੀ ਕਿ ਆਕਸੀਜਨਲ ਆ, ਕਿਉਂਕਿ ਗਰਮੀ ਦੀ ਫਸਲ ਹੈਗੀ ਹੈ ਬਸੰਤ ਰੁੱਤ ਦੀ, ਪਰ ਇਹਨੂੰ ਬਿਜਾਈ ਇਹਦੀ ਕੀਤੀ ਗਈ ਆ ਇਹਨਾਂ ਦਿਨਾਂ ਦੇ ਵਿੱਚ, ਅਤੇ ਬੀਜ ਤੋਂ ਹੀ ਬੀਜਿਆ ਗਿਆ। ਇਹ ਹੈਗਾ ਟਮਾਟਰ ਦੀ ਖੇਤੀ ਦਾ ਕੁਦਰਤੀ ਕਾਰਨ। ਟਮਾਟਰ ਦੀ ਖੇਤੀ ਦੇ ਵਿੱਚ ਵੀ ਇਹਨੂੰ ਦੋ ਤਰ੍ਹਾਂ ਦਾ ਟਮਾਟਰ ਦੇ ਵਿੱਚ ਬੀਜਿਆ, ਇੱਕ ਹੈਗਾ ਇਨਡਿਟਰਮੀਨੇਟ ਯਾਨੀ ਜਿਹੜੇ ਜਿਹੜਾ ਵੇਲ ਵਾਲਾ, ਅਤੇ ਦੂਜਾ ਹੈਗਾ ਜਿਹੜਾ ਹੈਗਾ ਡਿਟਰਮੀਨੇਟ। ਜਿਹੜਾ ਡਿਟਰਮੀਨੇਟ ਤੋਂ ਭਾਵ ਹੈ ਕਿ ਉਹ ਫਰਸ਼ੀ ਇਹਨੂੰ ਕਹਿੰਦੇ ਆ, ਉਹ ਜਿਹੜੇ ਛੋਟੇ ਬੂਟੇ ਰਹਿੰਦੇ ਆ, ਅਤੇ ਜਿਹੜਾ ਹੈਗਾ ਵੇਲ ਵਾਲਾ ਉਹਦਾ ਜਿਹੜਾ ਪੌਦੇ ਤੋਂ ਪੌਦਾ, ਦਾਣੇ ਤੋਂ ਦਾਣਾ, ਸੀਡ ਤੋਂ ਸੀਡ ਉਹ ਰੱਖਿਆ ਹੈਗਾ 4 ਫੁੱਟ, ਅਤੇ ਜਿਹੜਾ ਹੈਗਾ ਫਰਸ਼ੀ ਆ ਜਾਂ ਛੋਟੇ ਪੌਦੇ ਰਹਿੰਦੇ ਜਿਹਦੇ ਉਹਦਾ ਜਿਹੜਾ ਬੀਜ ਤੋਂ ਬੀਜ ਰੱਖਿਆ 3 ਫੁੱਟ। ਅਤੇ ਇਸ ਤਰ੍ਹਾਂ ਜਿਹੜੇ ਹੈਗੇ ਆ ਲਗਭਗ 10 ਗ੍ਰਾਮ ਦੇ ਕਰੀਬ ਬੀਜ ਪਿਆ ਏਕੜ ਦੇ ਵਿੱਚ। ਅਤੇ ਅੱਗੇ ਠੰਡ ਆ ਜਾਣੀ ਆ, ਜੇਕਰ ਯਾਨੀ ਕਿ ਜਿਹੜੀ ਠੰਡ ਘੱਟ ਹੋਈ, ਸਰਦੀ ਘੱਟ ਹੋਈ, ਤਾਂ ਇਹ ਬਹੁਤ ਵਧੀਆ ਢੰਗ ਨਾਲ ਵਿਕਸਿਤ ਹੋ ਜੂਗਾ। ਜੇਕਰ ਬਾਈ ਦਾ ਵੀ ਯਾਨੀ ਕਿ ਜਿਹੜੀਆਂ ਹੈਗੀਆਂ ਮੌਸਮ ਜਿਹੜਾ ਆ ਉਹ ਕਾਰਗਰ ਨਾ ਰਿਹਾ ਇਹਦੀ ਇਸ ਫਸਲ ਵਾਸਤੇ, ਤਾਂ ਬੜੀ ਹੱਦ ਬੀਜ ਆ 10 ਗ੍ਰਾਮ, ਤਾਂ ਇਸ ਕਰਕੇ ਜਿਹੜਾ ਰਿਸਕ ਰਿਹਾ। ਅਤੇ ਇਹਦੇ ਵਿੱਚ ਵੈਸੇ ਜਿਹੜਾ ਪਿਛਲੇ ਸਾਲ ਆ ਉਹਦਾ ਜਿਹੜਾ ਬਹੁਤ ਹੀ ਵਧੀਆ ਪ੍ਰੋਡਕਸ਼ਨ ਆਈ ਸੀਗੀ ਗੰਨੇ ਦੇ ਵਿੱਚ ਟਮਾਟਰ ਦੀ, ਉਸੇ ਢੰਗ ਨਾਲ ਇਹਦੇ ਵਿੱਚ ਕੀਤਾ ਗਿਆ। ਇਹਦੇ ਵਿੱਚ ਜਿਹੜੀ ਹੈਗੀ ਆ ਬੰਦ ਗੋਭੀ ਨੂੰ ਕੋਈ ਖਤਰਾ ਨਹੀਂ, ਕਿਉਂਕਿ ਸੀਜ਼ਨਲ ਫਸਲ ਆ। ਇਹਦੇ ਵਿੱਚ ਟਮਾਟਰ ਜਿਹੜਾ ਆ ਆਫ ਸੀਜ਼ਨਲ ਆ, ਇਹਦੇ ਵਿੱਚ ਨੁਕਸਾਨ ਵੀ ਹੋ ਸਕਦਾ, ਪਰ ਚਾਂਸ ਫੇਵਰਸ ਦੋਸ ਹੂ ਪ੍ਰਪੇਅਰਡ ਫੋਰ ਇਟ। ਐਲਬਰਟ ਆਇਨਸਟਾਈਨ ਦਾ ਇੱਕ ਅਸਨ ਹੈਗਾ ਵੀ ਉਹ ਹੀ ਯਾਨੀ ਕਿ ਪਾਰ ਲੰਘਦੇ ਆ ਜਿਹੜੇ ਯਾਨੀ ਕਿ ਪੈਰ ਪਾਉਂਦੇ ਹੈਗੇ ਆ, ਜਿਹੜੇ ਦਰਿਆ ਦੇ ਵਿੱਚ ਪੈਰ ਪਾਉਂਦੇ ਆ, ਪਾਣੀ 'ਚ ਪੈਰ ਪਾਉਂਦੇ ਆ। ਅਤੇ ਇਹ ਸਾਰਾ ਇਸ ਵੇਲੇ ਟਾਈਮ ਟੂ ਟਾਈਮ ਇਹਦੇ ਬਾਰੇ 'ਚ ਦੱਸਿਆ ਜਾਊਗਾ। ਅਤੇ ਇਹ ਜਿਹੜਾ ਸਿਧਾਂਤ ਆ ਇਹਨੂੰ ਲਾਗੂ ਕਰਕੇ ਤੁਸੀਂ ਆਪਣਾ ਆਰਥਿਕ ਪੱਖ ਮਜ਼ਬੂਤ ਕਰਦੇ ਹੋ। ਅੱਜ ਲਈ ਬਸ ਇੰਨਾ ਹੀ।
ਤੇ ਫਿਰ ਆਪਾਂ ਅਗਲੀ ਵੀਡੀਓ ਵਿੱਚ ਗੱਲਬਾਤ ਕਰਾਂਗੇ। ਧੰਨਵਾਦ ਜੀ।